ਕੁਛ ਨੀ ਹੁੰਦਾ, ਤੂੰ ਪੈਸੇ ਦੇਵਾਂਗੇ ਪੈਸੇ ਦੇ ਦੇ, ਕੋਈ ਨੀ ਮੈਂ ਦੇ ਦਾਂਗਾ ਯਾਰ ਲਿਆ, ਕੋਈ ਨਾ ਲੱਦੋ ਯਾਰ ਸਾਰੇ ਜਣੇ ਟਰੈਕਟਰ ਨਾਲ ਲੈ ਕੇ ਜਾ ਚਾਚਾ, ਇੱਧਰ ਲੈ ਕੇ ਜਾ ਇਸ ਪਾਸੇ, ਇੱਧਰ ਲੈ ਕੇ ਜਾਏਗਾ ਸਿਵਲ ਹਸਪਤਾਲ ਸਰਕਾਰੀ ਹਸਪਤਾਲ ਲੈ ਕੇ ਜਾ, ਦਰਦਨਾਕ ਹਾਦਸਾ ਹੋਇਆ ਹੈ ਜਿੱਥੇ ਇੱਕ ਸਾਈਕਲ ਸਵਾਰ ਨੂੰ ਟਰੈਕਟਰ ਟਰਾਲੀ ਨੇ ਟੱਕਰ ਮਾਰੀ ਹੈ, ਜਿਸ ਦੇ ਵਿੱਚ ਲੋਹੇ ਦੀ ਇੱਕ ਰਾੜ ਇਸ ਸਾਈਕਲ ਸਵਾਰ ਦੇ ਗੋਡੇ ਦੇ ਆਰ ਪਾਰ ਹੋ ਗਈ। ਤਾਂ ਦਰਦ ਦੇ ਵਿੱਚ ਇਹ ਨੌਜਵਾਨ ਚੀਕਦਾ ਰਿਹਾ, ਰੋਂਦਾ ਰਿਹਾ, ਤਾਂ ਮੌਕੇ 'ਤੇ ਲੋਕਾਂ ਦੇ ਵੱਲੋਂ ਐਂਬੂਲੈਂਸ ਨੂੰ ਫੋਨ ਵੀ ਕੀਤਾ ਗਿਆ, ਪਰ ਕਈ ਸਮਾਂ ਬੀਤ ਜਾਣ ਤੋਂ ਬਾਅਦ ਵੀ ਐਂਬੂਲੈਂਸ ਨਹੀਂ ਆਉਂਦੀ, ਤਾਂ ਲੋਕਾਂ ਵੱਲੋਂ ਹੀ ਅੱਗੇ ਹੋ ਕੇ ਇਸ ਨੌਜਵਾਨ ਨੂੰ ਰੇਹੜੀ 'ਤੇ ਹਸਪਤਾਲ ਲਿਜਾਂਦਾ ਗਿਆ। ਦੱਸ ਦਈਏ ਕਿ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਟਰੈਕਟਰ ਟਰਾਲੀ ਨੇ ਇੱਕ ਸਾਈਕਲ ਸਵਾਰ ਨੌਜਵਾਨ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਵਿੱਚ ਇਸਦੀ ਸਾਈਕਲ ਬੁਰੀ ਤਰੀਕੇ ਦੇ ਨਾਲ ਨੁਕਸਾਨੀ ਜਾਂਦੀ ਹੈ ਅਤੇ ਇੱਕ ਲੋਹੇ ਦੀ ਰਾੜ ਇਸਦੇ ਗੋਡੇ ਦੇ ਆਰ ਪਾਰ ਹੋ ਜਾਂਦੀ ਹੈ, ਜਿਸ ਕਾਰਨ ਇਸ ਨੌਜਵਾਨ ਦਾ ਗੋਡਾ ਵੀ ਟੁੱਟ ਜਾਂਦਾ ਹੈ। ਤਾਂ ਲੋਕਾਂ ਦੇ ਵੱਲੋਂ ਐਂਬੂਲੈਂਸ ਨੂੰ ਫੋਨ ਵੀ ਕੀਤਾ ਗਿਆ, ਪਰ ਕਈ ਸਮਾਂ ਬੀਤ ਜਾਣ ਤੋਂ ਬਾਅਦ ਵੀ ਐਂਬੂਲੈਂਸ ਮੌਕੇ 'ਤੇ ਨਹੀਂ ਪਹੁੰਚਦੀ, ਤਾਂ ਇਹ ਨੌਜਵਾਨ ਦਰਦ ਦੇ ਵਿੱਚ ਚੀਖਦਾ ਰਹਿੰਦਾ। ਮੌਕੇ 'ਤੇ ਇੱਕ ਬਿਜਲੀ ਵਿਭਾਗ ਦਾ ਮੁਲਾਜ਼ਮ ਪਹੁੰਚਦਾ ਹੈ, ਜੋ ਕਿ ਇਸ ਨੌਜਵਾਨ ਨੂੰ ਇੱਕ ਰੇਹੜੀ 'ਤੇ ਬਿਠਾ ਕੇ ਹਸਪਤਾਲ ਦੇ ਵਿੱਚ ਲੈ ਆਉਂਦਾ। ਤਾਂ ਇਹ ਮੌਕੇ ਦੀਆਂ ਤਸਵੀਰਾਂ ਨੇ ਵੇਖ ਸਕਦੇ ਹੋ ਕਿ ਇਸ ਰੇਹੜੀ 'ਤੇ ਹੀ ਨੌਜਵਾਨ ਨੂੰ ਹਸਪਤਾਲ ਲਿਜਾਂਦਾ ਗਿਆ, ਜਿੱਥੇ ਕਿ ਉਸਦਾ ਇਲਾਜ ਕੀਤਾ ਜਾ ਰਿਹਾ। ਮੈਂ ਡਿਊਟੀ ਚੱਲਿਆ ਸੀ ਅਤੇ ਉੱਥੇ ਇੰਨਾ ਰਸ਼ ਹੋਇਆ ਪਿਆ, ਬੇਅੰਤ ਜਾ ਕੇ ਦੇਖਿਆ ਮੁੰਡਾ ਮੁਹੱਲੇ ਦਾ, ਉੱਥੇ ਇੰਨਾ ਰਸ਼, ਕਿਸੇ ਨੂੰ ਕੋਈ ਨਹੀਂ ਕਹਿੰਦਾ। ਮੈਂ ਐਂਬੂਲੈਂਸ ਨੂੰ ਫੋਨ ਕੀਤਾ, ਐਂਬੂਲੈਂਸ ਕਹਿੰਦੇ ਵੀ ਆਪਦਾ ਸਾਧਨ ਲਿਆਓ, ਸਾਡੇ ਕੋਲ ਕੋਈ ਸਾਧਨ ਨਹੀਂ ਹੈ। ਆਹ ਥੋੜ੍ਹਾ ਹਾਲ ਹੈ, 108 ਨੰਬਰ ਐਮਰਜੈਂਸੀ ਵਾਲੇ ਕਹਿੰਦਾ। ਹੁਣ ਕਿਤੇ ਤੋਂ ਲੈ ਕੇ ਆਏ ਹੋ? ਹੁਣ ਮੈਂ ਹਾਲ ਦੇਖੋ ਤੁਹਾਡੇ ਸਾਹਮਣੇ ਰੇਹੜੀ ਹੈ, ਰੇਹੜੀ 'ਤੇ ਲੈ ਕੇ ਆਇਆ ਇਹ ਜੀ ਟਰੈਕਟਰ, ਇਹਦੇ ਕੋਲ ਟਰੈਕ ਨਹੀਂ ਆਇਆ ਅਤੇ ਇਹਨੇ ਜਿਹੜਾ ਹਾਈਓਡ ਦੇ ਵਿੱਚ ਮਾਰ ਦਿੱਤਾ, ਅਤੇ ਅੱਗੇ ਜਿਹੜਾ ਇੱਕ ਸੀਗਾ ਸਾਈਕਲ ਸਵਾਰ ਉਹਦੇ ਵਿੱਚ ਵੱਜ ਗਿਆ ਜੀ, ਅਤੇ ਉਹਦੇ ਗੋਡੀ ਕਾਫੀ ਲੱਗ ਗਈ, ਉਹਦੇ ਗੋਡੇ ਦੇ ਮੋਹਰਾ ਨਿਕਲ ਗਿਆ ਜੀ, ਅੰਡਾ ਗੋਡਾ ਕੰਮ ਦਾ ਹੀ ਨਹੀਂ ਰਹਿ ਗਿਆ। ਬਾਕੀ ਜਿਹੜਾ ਉਹਨੂੰ ਭੇਜ ਦਿੱਤਾ ਹੋਸਪਿਟਲ ਭੇਜਿਆ ਜੀ, ਐਂਬੂਲੈਂਸ ਨੂੰ ਫੋਨ ਕੀਤਾ ਸੀਗਾ ਜੀ, ਐਂਬੂਲੈਂਸ ਕਹਿੰਦੇ ਜੀ ਬਹੁਤ ਬਿਜ਼ੀ ਹੈਗੀ ਹੈ ਅਤੇ ਤੁਸੀਂ ਕੋਈ ਪ੍ਰਾਈਵੇਟ ਵਹੀਕਲ ਕਰਕੇ ਲੈ ਜਾਓ। ਦੇਖੋ ਜੀ ਮੈਂ ਤਾਂ ਫੋਨ ਕੀਤਾ PCR ਨੂੰ ਵੀ, ਫੋਨ ਕੀਤਾ 100 ਨੰਬਰ 'ਤੇ, ਉਹ ਕਹਿੰਦੇ ਅਸੀਂ ਭੇਜਦੇ ਹਾਂ ਅਗਰ ਓਵਰ ਤਾਂ ਲੈਣ ਲੱਗੇ ਗੱਡੀ, ਆ ਟਰੈਕਟਰ ਜਿਹੜਾ ਵੱਜਿਆ ਹੈ ਉਹ ਜਿਹੜਾ ਫਲਾਈਓਵਰ ਹੈਗਾ ਉਹ ਕੰਧ ਦੇ ਨਾਲ ਚਿੰਬੜ ਗਿਆ ਜਾ ਕੇ ਸਾਈਕਲ, ਉਹਦੇ ਸਰੀਆ ਵੜ ਗਿਆ ਉਹਦੇ ਪੈਰ 'ਚ, ਉਹਦੀ ਲੱਤ ਕਿਸੇ ਕੰਮ ਦੀ ਨਹੀਂ ਰਹਿ ਗਈ, ਉਹਦਾ ਹੁਣ ਕੀ ਕੀਤਾ ਜਾ ਕਹਿੰਦੇ ਭਾਜੀ ਮੱਟੀ ਇਹਦਾ ਰੋਡ ਹੀ ਨਹੀਂ ਹੈ, ਇਸ ਕਾਰਨ ਉਹ ਦੂਜੇ ਹੱਥ 'ਤੇ ਹੈਗਾ ਸੀ, ਇਹ ਤਾਂ ਗਲਤ ਰੋਡ 'ਤੇ ਆ ਰਿਹਾ ਸੀ। ਫੋਨ ਕੀ ਤੁਹਾਨੂੰ ਕਿਹੜਾ ਕਿਹੜਾ ਹਫ਼ਤਾ ਪਾਉਣਾ ਕਹਿੰਦੇ, ਉਹ ਕਹਿੰਦੇ ਸਾਡੇ ਕੋਲ ਸਾਧਨ ਹੀ ਹੈ ਨਹੀਂ, ਵੀ ਤੁਸੀਂ ਆਪਦਾ ਪ੍ਰਾਈਵੇਟ ਵਹੀਕਲ ਕਰਕੇ ਲਿਆਓ
ਜੋ ਮਰਜ਼ੀ ਕਰਕੇ ਲਿਆਓ, ਉਹ ਕਹਿੰਦੇ ਲੈ ਕੇ ਆਜੋ, ਚੋਰੀ ਨੇ ਕਿਤੇ ਲੈ ਕੇ ਆਓ, ਕਿਤੇ ਕੋਈ ਸਾਧਨ ਹੈ ਨਹੀਂ ਸਾਡੇ ਕੋਲੇ। ਅੱਛਾ, ਹਾਂ ਕਿਤੇ ਕੋਈ ਸਾਧਨ ਹੈ ਨਹੀਂ, ਆਪਦਾ ਸਾਧਨ ਲਿਆਓ ਜਾਂ ਕੋਈ ਪ੍ਰਾਈਵੇਟ ਲਿਆਓ, ਸਾਡੇ ਕੋਲ ਕੋਈ ਸਾਧਨ ਨਹੀਂ। ਫਲਾਈਓਵਰ ਉੱਤੇ ਨਾਲ ਜੋਗਿੰਦਰ ਢਾਬੇ ਨੂੰ ਮੁੜਦੇ ਆ, ਮੋੜਦੇ ਟਰੈਕਟਰ ਦੇਖੋ ਕਿੰਨੀ ਗੱਲ ਆ ਰਿਹਾ, ਟਰੈਕਟਰ ਇੱਧਰ ਆ ਰਿਹਾ, ਸਾਈਕਲ ਇੱਧਰ ਜਾ ਰਹੀ ਸੀ, ਓਵਰ ਸਪੀਡ ਹੈਗਾ ਸੀਗਾ ਇਹ। ਹਾਂ ਹਾਂਜੀ, ਬੜੀ ਪਈ ਹੈ ਸੰਭਲਦਾ ਇਹਨੇ ਪਿਆ ਤਿਲਕਣ ਦੇ ਨੰਬਰ ਤਿਲਕਣ।